ਜੇਈ ਜਗਜੀਤ ਸਿੰਘ ਤੇ ਸੇਲ ਕਲਰਕ ਸੰਜੀਵ ਕੁਮਾਰ ਨੂੰ ਅਸੀਂ ਰੈੱਡ ਹੈਂਡਡ ਗ੍ਰਿਫਤਾਰ ਕੀਤਾ 50,000 ਰੁਪਇਆ ਰਿਸ਼ਵਤ ਲੈਂਦੇ ਹੋਏ। ਸਾਡੇ ਕੋਲ ਇੰਦਰਜੀਤ ਸਿੰਘ ਇੱਕ ਕੰਪਲੇਨਰ ਨੇ ਨਵਾਂਕੋਟ ਦੇ, ਉਹਨਾਂ ਦੇ ਪਲਾਟ ਦੀ ਜਿਹੜੀ ਸੀਗੀ NOC ਦੇਣੀ ਸੀ ਇਹਨਾਂ ਨੇ, ਅਤੇ ਇਹਨਾਂ ਨੇ ਪਹਿਲਾਂ ਉਹਨਾਂ ਤੋਂ 1,00,000 ਰੁਪਇਆ ਡਿਮਾਂਡ ਕੀਤਾ, ਬਾਅਦ 50,000 ਰੁਪਇਆ ਇਹਨਾਂ ਨੇ ਅਸੈਪਟ ਕਰ ਲਿਆ। ਉਦੋਂ ਉਸ ਦੌਰਾਨ ਸਾਡੀ ਟੀਮ DSP ਸਾਹਿਬ ਦੇਵਦਤ ਅਤੇ ਸਾਡੇ ਸਾਰੀ ਟੀਮ ਨੇ ਜਾ ਕੇ ਇਹਨਾਂ ਨੂੰ ਰੈੱਡ ਹੈਂਡ ਨੈਪ ਕਰ ਲਿਆ ਜੀ। ਜਿਹਦੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਹੈ ਸਾਨੂੰ ਆ ਕੇ ਰਿਗਾਰਡਿੰਗ ਕਰਪਸ਼ਨ ਜਾਂ ਕੋਈ ਪੈਸੇ ਮੰਗਦਾ, ਸ਼ਿਕਾਇਤ ਕਰੇ, ਅਸੀਂ ਇੰਸਟੈਂਟ ਉਹ 'ਤੇ ਕਾਰਵਾਈ ਕਰਾਂਗੇ। ਅੱਜ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਦੋ ਅਫੀਸ਼ਲ ਜੀ, ਜੇਈ ਜਗਜੀਤ ਸਿੰਘ ਅਤੇ ਸੇਲ ਕਲਰਕ ਸੰਜੀਵ ਕੁਮਾਰ ਨੂੰ ਅਸੀਂ ਰੈੱਡ ਹੈਂਡਡ ਗ੍ਰਿਫਤਾਰ ਕੀਤਾ 50,000 ਰੁਪਇਆ ਰਿਸ਼ਵਤ ਲੈਂਦੇ ਹੋਏ। ਸਾਡੇ ਕੋਲ ਇੰਦਰਜੀਤ ਸਿੰਘ ਇੱਕ ਕੰਪਲੇਨਰ ਨੇ ਨਵਾਂਕੋਟ ਦੇ, ਉਹਨਾਂ ਦੇ ਪਲਾਟ ਦੀ ਜਿਹੜੀ ਸੀਗੀ NOC ਦੇਣੀ ਸੀ ਇਹਨਾਂ ਨੇ ਰਿਗਾਰਡਿੰਗ ਦਾ ਟ੍ਰਾਂਸਫਰ ਆਫ ਦੈਟ ਪਲਾਟ, ਅਤੇ ਉਹ NOC ਦੇ ਬਦਲੇ ਉਹਨਾਂ ਦਾ ਪੈਸੇ ਡਿਮਾਂਡ ਕਰ ਰਹੇ ਸੀਗੇ, ਅਤੇ ਇਹਨਾਂ ਨੇ ਪਹਿਲਾਂ ਉਹਨਾਂ ਤੋਂ 1,00,000 ਰੁਪਇਆ ਡਿਮਾਂਡ ਕੀਤਾ, ਬਾਅਦ 50,000 ਰੁਪਇਆ ਇਹਨਾਂ ਨੇ ਅਸੈਪਟ ਕਰ ਲਿਆ। ਉਦੋਂ ਉਸ ਦੌਰਾਨ ਸਾਡੀ ਟੀਮ DSP ਸਾਹਿਬ ਦੇਵਦਤ ਅਤੇ ਸਾਡੇ ਸਾਰੀ ਟੀਮ ਨੇ ਜਾ ਕੇ ਇਹਨਾਂ ਨੂੰ ਰੈੱਡ ਹੈਂਡ ਨੈਪ ਕਰ ਲਿਆ ਜੀ। ਜੇਈ ਜਗਜੀਤ ਸਿੰਘ ਐਂਡ ਇੱਕ ਸੇਲ ਕਲਰਕ ਨਹੀਂ ਸੰਜੀਵ ਕੁਮਾਰ, ਇਹ ਪਲਾਟ ਦੇ ਟ੍ਰਾਂਸਫਰ ਦੀ ਸੀਗੀ ਜੀ, ਰੇਲਵੇ ਲਿੰਕ ਪਲਾਟ, ਰੇਲਵੇ ਲਿੰਕ ਰੋਡ ਤੇ ਪਲਾਟ ਹੈ। ਓਨਰਸ਼ਿਪ ਟ੍ਰਾਂਸਫਰ ਜਿਹੜਾ ਸੀ ਇਹ ਬੰਦ ਨਹੀਂ ਹੋਇਆ ਜੀ, ਓਨਰਸ਼ਿਪ ਟ੍ਰਾਂਸਫਰ ਨੂੰ ਲੈ ਕੇ ਇਹਨਾਂ ਨੇ ਪੈਸੇ ਡਿਮਾਂਡ ਕੀਤੇ ਸੀ ਉਹਨਾਂ ਤੋਂ ਪਹਿਲਾਂ। ਉਹ ਤੁਹਾਨੂੰ ਡਿਟੇਲ ਦੇ ਦਿਆਂਗੇ ਅਸੀਂ ਸਾਰੀਆਂ। ਤੁਹਾਨੂੰ ਡਿਟੇਲ ਦੱਸ ਦੇਣਾ ਜੀ। ਵੈਸੇ ਇੰਦਰਜੀਤ ਸਿੰਘ ਕੰਪਲੇਨਟ ਜਿਹੜੇ ਹੈ ਉਹ ਇੱਕ ਜਿਹੜੀ ਫਰਮ ਹੈਗੀ ਹੈ, ਫਰਮ ਦਾ ਨਾਮ ਤੁਹਾਨੂੰ ਦੱਸ ਦਿੰਦੇ, ਉਹ ਫਰਮ ਲਈ ਕੰਮ ਕਰਦੇ ਆ। ਉਹ ਫਰਮ ਦੇ ਜਿਹੜੇ ਓਨਰ ਸੀਗੇ ਉਹਨਾਂ ਦਾ ਪਲਾਟ ਸੀਗਾ, ਉਹਨਾਂ ਨੇ ਟ੍ਰਾਂਸਫਰ ਕਰਨਾ ਸੀ। ਇੰਦਰਜੀਤ ਸਿੰਘ ਉਹਨਾਂ ਦੇ ਇੰਪਲੋਈ ਨੇ, ਇਹਨਾਂ ਨੂੰ ਭੇਜਿਆ ਅੱਗੇ ਗੱਲਬਾਤ ਕਰਨ ਵਾਸਤੇ। ਉਹ ਗੱਲਬਾਤ ਦੇ ਦੌਰਾਨ ਇਹਨਾਂ ਦੀ ਜਿਹੜੀ ਸੀਗੀ ਡੀਲ ਤੈਅ ਹੋ ਗਈ, ਵੀ ਠੀਕ ਹੈ ਜੀ ਅਸੀਂ ਤੁਹਾਨੂੰ ਪੈਸੇ ਦੇ ਦਿਆਂਗੇ, ਤੇ 1,00,000 ਰੁਪਇਆ ਡਿਮਾਂਡ ਸੀ, ਬਾਅਦ 50,000 ਰੁਪਇਆ ਉਹਨਾਂ ਨੇ ਅਸੈਪਟ ਕਰ ਲਓ। ਨਹੀਂ, ਰੈੱਡ ਹੈਂਡਡ ਉਹਨਾਂ ਦੇ ਜੇਬ ਚੋਂ ਫੜਿਆ ਗਿਆ ਜੀ, ਉਹਨਾਂ ਨੇ ਅਸੈਪਟ ਕੀਤਾ, ਫੜਿਆ ਦੋਵੇਂ ਇਕੱਠੇ ਸੀ ਉਸ ਟਾਈਮ। ਦੇਖੋ ਜੀ, ਵੈਸੇ ਜਿਹੜੀਆਂ ਰਿਪੋਰਟ ਅਨਅਫੀਸ਼ੀਅਲ ਸਾਡੇ ਕੋਲ ਹੈਗੀਆਂ ਨੇ ਉਹ ਅਸੀਂ ਲੈਂਦੇ ਰਹਿੰਦੇ ਹਾਂ, ਠੀਕ ਹੈ ਨਾ। ਦੈਟ ਇਜ਼ ਸਾਡੀ ਜਿਹੜੀ ਇਨਸਾਈਡ ਇਨਫੋਰਮੇਸ਼ਨ ਵੀ ਕਿਹੜਾ ਬੰਦਾ ਕੀ ਕਰਦਾ, ਕਿਹੜਾ ਬੰਦਾ ਕੀ ਕਰਦਾ, ਉਹ ਅਸੀਂ ਇੱਕ ਨਿਗਾਹ ਰੱਖਦੇ ਹਾਂ। ਬੀਇੰਗ ਵਿਜੀਲੈਂਸ ਜਿਹੜੀ ਹੈਗੀ ਹੈ ਸਾਡੀ ਸਾਰੇ ਡਿਪਾਰਟਮੈਂਟਸ 'ਤੇ ਨਿਗਾਹ ਰਹਿੰਦੀ ਹੈ ਵੀ ਕਿੱਥੇ ਕੀ ਹੋ ਰਿਹਾ। ਉਹਦੇ ਰਿਗਾਰਡਿੰਗ ਹੀ ਸਾਨੂੰ ਥੋੜ੍ਹਾ ਜਿਹਾ ਸੀਗਾ ਇਲਮ ਵੀ ਇੱਥੇ ਕੁਛ ਗੜਬੜ ਹੁੰਦੀ ਹੈ, ਬਟ ਉਹ ਸਾਡੇ ਕੋਲ ਕੰਪਲੇਨਟ ਜਦੋਂ ਅਸੀਂ ਉੱਥੇ ਕੁਛ ਜਿਹੜੀ ਆਪਦੀ ਰੈਕੀ ਵਗੈਰਾ ਕਰਨ ਲਈ ਬੰਦੇ ਬੁੰਦੇ ਭੇਜੇ, ਤਾਂ ਇੱਕ ਕੰਪਲੇਨਟ ਉੱਥੇ ਬਾਹਰ ਜਿਹੜਾ ਸੀ ਉਹ ਆ ਗਿਆ ਸਾਡੇ ਕੋਲ, ਇੱਥੇ ਦਫ਼ਤਰ ਆ ਗਿਆ, ਮੇਰੇ ਦਫ਼ਤਰ ਹੀ ਆ ਗਿਆ ਇਨਫੈਕਟ। ਉਹ ਆ ਕੇ ਮੈਨੂੰ ਹੀ ਮਿਲਿਆ, ਉਹ ਕਹਿੰਦਾ ਸਰ ਵੀ ਅਸੀਂ ਇਸ ਤਰ੍ਹਾਂ ਕਰਕੇ ਸਾਨੂੰ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੇ ਆ ਵੀ ਸਾਡਾ ਇਹ ਕੰਮ ਆ, ਕੰਮ ਦੇ ਬਦਲੇ ਪੈਸੇ ਮੰਗ ਰਿਹਾ। ਅੰਡਰ ਸੈਕਸ਼ਨ 7 ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਤਹਿਤ ਫਰਜ਼ ਦਰਜ ਹੋਇਆ ਜੀ। ਉਹ ਤਾਂ ਉਹ ਮਤਲਬ ਨਹੀਂ, ਹਜੇ ਨਹੀਂ, ਹਜੇ ਹੁਣੇ ਹੀ ਇਹ ਹੋਇਆ ਜੀ। ਉਸ ਤੋਂ ਬਾਅਦ ਅਸੀਂ ਤੁਹਾਨੂੰ ਬਰੀਫ ਕਰਨ ਲਈ ਬੁਲਾ ਲਿਆ ਤਾਂ ਕਿ ਅੱਜ ਤੁਹਾਨੂੰ ਬਰੀਫ ਕਰ ਦਈਏ ਅਸੀਂ। ਹੁਣ ਅਸੀਂ ਜਿਹੜਾ ਇਨਵੈਸਟੀਗੇਸ਼ਨ ਇਹਨਾਂ ਨੂੰ ਪੁੱਛਗਿੱਛ ਕਰਾਂਗੇ, ਜੋ ਪੁੱਛਗਿੱਛ ਸਾਹਮਣੇ ਆਊਗਾ, ਇਨ ਕੇਸ ਜੇ ਇਹਨਾਂ ਨੇ ਆਮਦਨ ਤੋਂ ਬਾਅਦ ਕੋਈ ਜਾਇਦਾਦ ਬਣਾਈ ਜਾਂ ਹੋਰ ਕੁਛ ਇਹਨਾਂ ਕੋਲ ਹੈਗਾ ਉਹ ਵਿੱਚ ਆ ਜਾਏਗਾ।
ਨਹੀਂ ਜੀ ਬਿਲਕੁਲ ਨਹੀਂ ਜੀ, ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਆਊਗਾ, ਅਸੀਂ ਤਾਂ ਬਲਕਿ ਤੁਹਾਡੇ ਥਰੂ ਪਹਿਲਾਂ ਵੀ ਜਿਹੜਾ ਹੈਗਾ ਫਸਟ ਬਰੀਫਿੰਗ 'ਚ ਵੀ ਇਹ ਅਪੀਲ ਕੀਤੀ ਸੀ ਸਾਰਿਆਂ ਨੂੰ ਕਿ ਜਿਹਦੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਆ ਸਾਨੂੰ ਆ ਕੇ ਰਿਗਾਰਡਿੰਗ ਕਰਪਸ਼ਨ ਜਾਂ ਕੋਈ ਪੈਸੇ ਮੰਗਦਾ ਸ਼ਿਕਾਇਤ ਕਰੇ, ਅਸੀਂ ਇੰਸਟੈਂਟ ਉਹ 'ਤੇ ਕਾਰਵਾਈ ਕਰਾਂਗੇ।